ਦੱਸਣਾ ਮੁੱਖ ਮੰਤਰੀ ਕਿਉਂ ਨਹੀਂ ਆਉਂਦਾ ਤੇ ਮੈਂ ਟਕਾ ਕੇ ਕਹਿਣਾ ਵੀ ਕੇਜਰੀਵਾਲ ਸਾਹਿਬ ਤੁਸੀਂ ਇੰਨੀ ਚੋਰੀ ਚੋਰੀ ਹੈ ਜਵਾਬ ਆਇਆ ਮੈਂ ਇਹਨੂੰ ਕਹਿਣਾ ਵੀ ਮਾਫੀਏ ਦੇ 50,000 ਕਰੋੜ ਰੁਪਏ ਤੁਸੀਂ ਖਾਂਦੇ ਹੋ ਡਕਾਰ ਵੀ ਨਹੀਂ ਮਾਰਦੇ ਜਵਾਬ ਦਿੰਦਾ ਲੈ ਕੇ ਗਿਆ ਸੀਗਾ ਉਹ ਤਾਂ ਕਹਿੰਦੇ ਸਾਰਾ ਪੂਰਾ ਕਰੂੰ ਦੱਸਣਾ ਮੁੱਖ ਮੰਤਰੀ ਕਿਉਂ ਨਹੀਂ ਆਉਂਦਾ ਤੇ ਮੈਂ ਟਕਾ ਕੇ ਕਹਿਣਾ ਵੀ ਕੇਜਰੀਵਾਲ ਸਾਹਿਬ ਤੁਸੀਂ ਇੰਨੀ ਚੋਰੀ ਕੀਤੀ ਹੈ ਜਵਾਬ ਆਇਆ ਮੈਂ ਇਹਨੂੰ ਕਹਿਣਾ ਵੀ ਮਾਫੀਏ ਦੇ 50,000 ਕਰੋੜ ਰੁਪਏ ਤੁਸੀਂ ਖਾਂਦੇ ਹੋ ਡਕਾਰ ਵੀ ਨਹੀਂ ਮਾਰਦੇ ਜਵਾਬ ਦਿੰਦਾ ਤੇ ਪਿਆਦਿਆਂ ਜਿਹਨੂੰ ਅੱਗੇ ਖੜਾ ਕਰਦਾ ਪਿਆਦਿਆਂ ਪਿਉਦਿਆਂ ਦੇ ਅੱਗੇ ਨਹੀਂ ਆਉਂਦਾ ਮੈਂ ਸਮਝਿਆ ਨਹੀਂ ਗੱਠਜੋੜ ਮੈਂ ਤੁਹਾਨੂੰ ਗੱਠਜੋੜ ਦੀ ਗੱਲ ਅੱਜ ਵੀ ਕਹਿਤੀ ਪਹਿਲਾਂ ਵੀ ਕਹਿਤੀ ਹਜ਼ਾਰਾਂ ਵਾਰ ਕਹਿਤੀ ਗੱਠਜੋੜ ਇੱਕ ਉਸ ਤਾਕਤ ਨਾਲ ਲੜਾਈ ਲੜ ਰਹੇ ਹਾਂ ਅਸੀਂ ਜਿਹੜੀ ਸਾਡੀਆਂ 'ਚ ਵੰਡੀਆਂ ਪਾਉਂਦੀ ਹੈ ਜਿਹੜੀ ਗੁਰੂ ਦੇ ਫਲਸਫੇ ਤੋਂ ਉਲਟ ਚੱਲਦੀ ਠੀਕ ਹੈ ਕਿ ਨਹੀਂ ਉਸ ਤਾਕਤ ਨਾਲ ਲੜ ਰਹੇ ਹਾਂ ਜਿਹੜੀ ਸਾਰੀਆਂ ਏਜੰਸੀਆਂ ਨੂੰ ਬੇੜੀਆਂ ਪਾਈ ਖੜੀ ਹੈ ਇਲੈਕਸ਼ਨ ਕਮਿਸ਼ਨ 'ਤੇ ਸ਼ੱਕ ਹੈ ਕਿ ਨਹੀਂ ਦੱਸ ਹੈ ਕਿ ਨਹੀਂ ਸਾਰੀ ਦੁਨੀਆ ਅੱਜ ਕੀ ਕਹਿੰਦੀ ਫਿਰਦੀ ਹੈ ਹੈ ਜੁਡੀਸ਼ਰੀ ਸ਼ੱਕ ਦੇ ਘੇਰਿਆਂ ਦੇ ਵਿੱਚ CBI ਕੋਈ ਤੋਤਾ ਕਹਿੰਦਾ ਕੋਈ ਕੁਛ ਕਹਿੰਦਾ ਇਹ ਏਜੰਸੀਆਂ ਕੌਂਸਟੀਟਿਊਸ਼ਨ ਤੋਂ ਪਾਵਰ ਡਰਾਅ ਕਰਦੀਆਂ ਨੇ ਔਰ ਮੈਂ ਹੋਰ ਗੱਲ ਕਹਿਣਾ ਟਕਾ ਕੇ ਕਹਿਣਾ ਕਿ ਜਿਹੜੀ ਸੂਝਬੂਝ ਹੈ ਨਾ ਭਗਵੰਤ ਮਾਨ ਸਾਹਿਬ ਉਹ ਘਾਸ ਚਰਨ ਚਲੀ ਜਾਵੇ ਨਾ ਤਾਂ ਫਿਰ ਸਮਝ ਲਓ ਵਿਨਾਸ਼ ਕਾਲ ਹੈ ਵਿਪਰੀਤ ਬੁੱਧੀ ਉਹ ਭਾਈ ਜਦੋਂ ਅਸੀਂ ਜਿੱਤੇ 38% ਵੋਟਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਦੋਂ 56 ਰੈਲੀਆਂ ਕੀਤੀਆਂ ਸੀ ਨਵਜੋਤ ਸਿੰਘ ਸਿੱਧੂ ਨੇ 54 ਜਿੱਤੇ 38% ਵੋਟਾਂ ਕੈਪਟਨ ਅਮਰਿੰਦਰ ਸਿੰਘ ਨੂੰ ਅਤੇ ਤੁਹਾਨੂੰ ਪਈਆਂ 23% ਠੀਕ ਹੈ ਅਤੇ ਜਦੋਂ ਤੁਸੀਂ ਜਿੱਤੇ ਅਤੇ ਤੁਹਾਨੂੰ 42% ਪਈਆਂ ਅਤੇ ਸਾਨੂੰ ਪਈਆਂ 25 ਇਹਦਾ ਮਤਲਬ 16-17% ਵੋਟਾਂ ਦੋ ਸੈਕੂਲਰ ਪਾਰਟੀਆਂ ਦੀਆਂ ਇੱਕ ਤਾਂ ਹੈਗੀ ਹੈ ਦੂਜੇ ਪਾਸੇ ਅਕਾਲੀ ਦਲ ਉਹ ਪੰਥਕ ਪਾਰਟੀ ਹੈ ਰਹੀ ਨਹੀਂ ਜਿਹੜੇ ਪੰਥ ਦੇ ਨਾਂ ਦੇ ਉੱਤੇ ਉਹਨਾਂ ਨੇ ਰਾਜ ਕੀਤਾ ਉਸੇ ਪੰਥ ਨੂੰ ਖੋਰਾ ਲਾਇਆ ਪੰਥ ਨੇ ਹੀ ਉਹਨਾਂ ਨੂੰ ਰਿਜੈਕਟ ਕੀਤਾ ਗੁਰੂ ਸਾਹਿਬ ਦੀ ਬੇਅਦਬੀ ਉਹਦੇ ਬਾਰੇ ਰੌਲਾ ਪਾਉਂਦੇ ਰਹੇ ਠੀਕ ਹੈ ਦੂਜੇ ਪਾਸੇ ਆ ਜਾਓ BJP ਉਹ ਨੈਸ਼ਨਲਿਸਟਿਕ ਪਾਰਟੀ ਹੈ ਜਿੱਥੇ ਜਿੱਥੇ ਦੋ ਸੈਕੂਲਰ ਪਾਰਟੀਆਂ ਲੜਦੀਆਂ ਨੇ ਠੀਕ ਹੈ ਨਹੀਂ ਉੱਥੇ ਸੈਕੂਲਰ ਪਾਰਟੀ ਦੀ ਵੋਟ ਸੈਕੂਲਰ ਪਾਰਟੀ ਖਾਂਦੀ ਅਤੇ ਭਾਈ ਜੇ ਤੁਸੀਂ ਕੰਸੋਲੀਡੇਟ ਹੁੰਦੇ ਹੋ ਜੇ ਵਰਕਰ ਇਕੱਠਾ ਨਹੀਂ ਹੋਣਾ ਚਾਹੁੰਦਾ ਉਸ ਵੱਡੀ ਲੜਾਈ ਦੇ ਖਾਤਰ ਦੇਸ਼ ਨੂੰ ਬਚਾਉਣ ਦੇ ਖਾਤਰ ਵੱਡੀ ਲੜਾਈ ਦੇ ਖਾਤਰ ਭਾਈ ਤੁਸੀਂ ਆਪਣਾ ਖੜਾ ਆਪ ਲਾ ਲਓ ਜਿੱਥੇ ਕਾਂਗਰਸ ਨੂੰ ਟਿਕਟ ਮਿਲਦੀ ਉੱਥੇ ਕਾਂਗਰਸ ਖੜ੍ਹੇ ਕਾਂਗਰਸ ਦਾ ਵਰਕਰ ਖੜ੍ਹੇ ਦੂਆ ਕੋਈ ਆ ਵੀ ਨਾ ਲੇਕਿਨ ਇਹ ਗੱਲ ਯਾਦ ਰੱਖਣਾ ਤੁਹਾਡੀ ਵੋਟ ਕੰਸੋਲੀਡੇਟ ਹੁੰਦੀ ਹੈ ਤੁਸੀਂ 50% ਤੋਂ ਸ਼ੁਰੂ ਕਰਦੇ ਹੋ ਅਤੇ ਜੇ ਅੱਜ ਅਕਾਲੀ ਦਲ ਅਤੇ BJP ਇਕੱਠੀ ਹੁੰਦੀ ਔਰ ਤੁਸੀਂ ਇਕੱਠੇ ਨਹੀਂ ਹੁੰਦੇ ਤਾਂ ਤੁਸੀਂ 25-27-27% ਤੋਂ ਸ਼ੁਰੂ ਕਰੋਗੇ ਅਤੇ ਉਹ 35% ਤੋਂ ਸ਼ੁਰੂ ਕਰਨਗੇ 27% ਅਤੇ ਉਦੋਂ ਅੱਗੇ ਚਲੋ 27 ਦੇ ਵਿੱਚ 6% BJP ਦੀ ਵੋਟ ਜਿਹੜੀ ਟੁੱਟੀ ਨਹੀਂ ਜਦੋਂ ਤੁਹਾਡੀਆਂ 16-17 ਉੱਧਰ ਜਾਂਦੀਆਂ ਅਤੇ 17-18 ਇੱਧਰ ਆਉਂਦੀਆਂ ਨੇ ਉਦੋਂ ਨਾ BJP ਦੀ ਵੋਟ ਟੁੱਟੀ ਹੈ ਨਾ ਅਕਾਲੀ ਦਲ ਦੀ ਵੋਟ ਟੁੱਟੀ ਹੈ ਉਹਨਾਂ ਦੀ ਉੱਦਾਂ ਹੀ ਖੜੀ ਹੈ ਸਮਝੇ ਨਹੀਂ ਅਤੇ ਇਸ ਕਰਕੇ ਉਹ 35 ਤੋਂ ਸ਼ੁਰੂ ਕਰਨ ਤੁਸੀਂ 40 ਤੇ ਜੇ ਨਹੀਂ ਕਰਨਾ ਜੇ ਮਤਭੇਦ ਦਿੰਦੇ ਆ ਔਰ ਮੈਂ ਰੋਜ਼ ਠੋਕਦਾ ਕਿਉਂਕਿ ਮਤ ਵਿਚਾਰਧਾਰਾ ਦੇ ਨੇ ਪਰ ਜੇ ਵਿਚਾਰਧਾਰਾ ਪਾਰਟੀਆਂ ਹੀ ਨਾ ਰਹੀਆਂ ਫਿਰ ਵਿਚਾਰਧਾਰਾ ਕਾਹਦੀ ਰਹਿ ਜਾਣੀ ਹੈ ਮੈਨੂੰ ਇੱਕ ਗੱਲ ਦੱਸੋ ਇਹ ਵੀ ਤਾਂ ਵੱਡੀ ਲੜਾਈ ਹੈ ਨਾ ਸੋ ਇਸ ਕਰਕੇ ਪਰਿਸਥਿਤੀਆਂ ਹੁੰਦੀਆਂ ਨੇ ਪੋਲੀਟਿਕਸ ਦੇ ਵਿੱਚ ਪਰਿਸਥਿਤੀਆਂ ਹੁੰਦੀਆਂ ਨੇ ਸਥਿਤੀਆਂ ਹੁੰਦੀਆਂ ਨੇ ਉਹਨਾਂ ਨੂੰ ਉਸ ਦੇ ਹਿਸਾਬ ਦੇ ਨਾਲ ਹੀ ਡੀਲ ਕਰਨਾ ਪੈਂਦਾ ਜਾਂ ਤਾਂ ਅਨੁਕੂਲ ਪਰਿਸਥਿਤੀਆਂ ਪੈਦਾ ਕਰ ਲਓ ਜਾਂ ਪਰਿਸਥਿਤੀਆਂ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲਓ ਦੋ ਹੀ ਵਿਕਲਪ ਨੇ ਮਿੱਤਰ ਪਿਆਰੇ ਮੇਰੀ ਗੱਲ ਨੂੰ ਸਮਝਦੇ ਹੋ ਇਸ ਕਰਕੇ ਇਹ ਸੋਚਣਾ ਪਊਗਾ ਸਾਨੂੰ ਕਿ ਅਸੀਂ ਲੜਾਈ ਕਿੱਦਾਂ ਲੜਨੀ ਹੈ ਔਰ ਲੜਾਈ ਸੂਝਬੂਝ ਨਾਲ ਲੜਨੀ ਹੈ ਲੜਾਈ ਦਿਮਾਗ ਦੇ ਨਾਲ ਲੜਨੀ ਹੈ ਲੜਾਈ ਇਕੱਲੀ ਜਜ਼ਬਾਤਾਂ ਨਾਲ ਅਤੇ ਇਮੋਸ਼ਨਸ ਦੇ ਨਾਲ ਨਹੀਂ ਲੜੀ ਜਾ ਸਕਦੀ ਭਾਈ ਆਮ ਆਦਮੀ ਪਾਰਟੀ ਠਾ ਕਰਦੀ ਡਿੱਗਦੀ ਹੈ ਠੀਕ ਹੈ ਲੇਕਿਨ ਅਗਰ ਤੁਸੀਂ ਜਲੰਧਰ ਦਾ ਇਲੈਕਸ਼ਨ ਦੇਖੋ ਠੀਕ ਹੈ ਉਹਦੇ ਵਿੱਚ
ਆਮ ਆਦਮੀ ਪਾਰਟੀ ਜਿੱਤੀ ਆ ਉਧਾਰਾ ਸਾਡਾ ਕੈਂਡੀਡੇਟ ਇੱਕ ਸੀਟ ਹੈ ਇਹਨਾਂ ਦੀ ਲੋਕ ਸਭਾ ਦੇ ਵਿੱਚ ਅਤੇ ਜੇ ਉਹਨਾਂ ਦੀਆਂ ਵੋਟਾਂ ਇਕੱਠੀਆਂ ਕਰ ਲਓ ਬੀਜੇਪੀ ਅਤੇ ਅਕਾਲੀ ਦਲ ਦੀਆਂ ਜ਼ਿਆਦਾ ਨਹੀਂ ਜ਼ਿਆਦਾ ਨਹੀਂ। ਇਸ ਕਰਕੇ ਕਿਸੇ ਨੂੰ ਵੀ ਕਮਜ਼ੋਰ ਨਹੀਂ ਆਖਣਾ ਚਾਹੀਦਾ। ਜੇ ਪੰਜਾਬ ਦਾ ਭਵਿੱਖ, ਪੰਜਾਬ ਦੇ ਨਵੀਂ ਪੀੜ੍ਹੀ ਜਿਹੜੀ ਬਾਹਰ ਜਾਈ ਜਾਂਦੀ ਆ ਉਹਦਾ ਭਵਿੱਖ, ਇਲੈਕਸ਼ਨ ਅਸੀਂ ਉਹਦੇ ਲਈ ਲੜ ਰਹੇ ਹਾਂ ਅਤੇ ਜੇ ਉਹਦੀ ਖਾਤਰ ਲੜਨਾ ਤਾਂ ਵੱਡੇ ਦੁਸ਼ਮਣ ਢਾਉਣੇ ਪੈਣਗੇ। ਭਾਵੇਂ ਉਹ ਪੰਜਾਬ ਦੇ ਵਿੱਚ ਇੰਨੇ ਤਕੜੇ ਨਹੀਂ ਨੇ, ਪਰ ਅਗਰ ਉਹ ਦੇਸ਼ ਦੇ ਵਿੱਚ ਤਕੜੇ ਨੇ, ਕਿਸੇ ਤਾਂ ਕਿਸੇ ਤਰੀਕੇ ਨਾਲ ਸਮਝੌਤਾ ਕਰਕੇ ਅੱਗੇ ਵਧਣਾ ਪਊਗਾ, ਇਕੱਠਿਆਂ ਹੋ ਕੇ ਲੜਨਾ ਪਊਗਾ। ਇਹ ਪੰਜੇ ਉਂਗਲਾਂ, ਕੋਈ ਲੰਬੀ, ਕੋਈ ਛੋਟੀ, ਕੋਈ ਮੋਟੀ, ਕੋਈ ਪਤਲੀ, ਜਦੋਂ ਇਕੱਠੀਆਂ ਹੋ ਜਾਂਦੀਆਂ ਨੇ, ਘਸੁੰਨ ਬਣ ਕੇ 32 ਸੀ ਕੱਢ ਦਿੰਦੀਆਂ ਨੇ। ਇਹ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਮੈਂ ਤਾਂ ਵਰਕਰਾਂ ਦੇ ਕੋਲ ਜਦੋਂ ਜਾਂਦਾ, ਪੰਜਾਬ ਦੀ ਆਵਾਜ਼ ਚੁੱਕਦਾ, ਪੰਜਾਬ ਦੀ ਵਿੱਤੀ ਪਰਿਸਥਿਤੀ ਕਿੱਦਾਂ ਡਗਮਗਾ ਰਹੀ ਹੈ, ਪੰਜਾਬ ਦੇ ਲੋਕਾਂ ਨੂੰ ਕਿੱਦਾਂ ਬੇਵਕੂਫ ਬਣਾ ਕੇ ਉਹਨਾਂ 'ਤੇ ਟੈਕਸ ਲਾਏ ਜਾ ਰਹੇ ਆ, 70,000 ਕਰੋੜ ਰੁਪਈਆ ਇਹਨਾਂ ਤੋਂ ਡੀਜ਼ਲ, ਪੈਟਰੋਲ, ਇਹੋ ਜਿਹੀਆਂ ਚੀਜ਼ਾਂ 'ਤੇ ਟੈਕਸ ਲਿੱਤਾ ਜਾ ਰਿਹਾ, ਔਰ ਜਿਹੜਾ ਇਹਨਾਂ ਦਾ ਪੈਸਾ 60-70,000 ਕਰੋੜ ਰੁਪਇਆ ਜਿਹੜਾ ਸੈਂਟਰ ਦੀਆਂ ਸਕੀਮਾਂ 'ਚ ਡਬਲ ਹੁੰਦਾ ਉਹ ਖਾਧਾ ਜਾ ਰਿਹਾ। ਇਹ ਕੋਈ ਨਵੀਂ ਗੱਲ ਤਾਂ ਨਹੀਂ ਕਰ ਰਿਹਾ।